ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਲਓ ਜੀ, ਕਾਰੋ ਵਿਹਾਰ ਚੱਲ ਰਹੇ ਹੈ ਵਧੀਆ ਆਪਣੇ ਹਿਸਾਬ ਦੇ ਨਾਲ, ਪਰ ਸਾਡੇ ਕੋਲ ਦਿੱਕਤ ਪੈਦਾ ਹੋ ਗਈ ਵੀ ਜਿਹੜੀ ਸਾਡੇ ਕਣਕ ਦੇ ਵਿੱਚ ਇੱਕ ਚੌੜਾ ਪੱਤਾ ਹੋ ਗਿਆ ਅਤੇ ਇੱਕ ਦੂਸਰਾ, ਦੂਸਰੇ ਦਾ ਰੰਗ ਤਾਂ ਥੋੜ੍ਹਾ ਜਿਹਾ ਬਦਲਿਆ ਵਾ ਲੱਗਦਾ ਹੈ। ਦੇਖੀ ਕਿਆ ਹੋਇਆ, ਬੱਚਿਆ ਫੇ ਫੁੱਟਿਆ ਤਾਂ ਨਹੀਂ? ਉਹ ਵੀ ਦੇਖ ਨਹੀਂ, ਕਿਤੇ ਲੀਕੇ ਨਾ ਫੁੱਟ ਫੁੱਟੇ ਨਾ ਗਿਆ ਹੋਵੇ। ਚੱਕ ਹੋ ਗਈ ਦਿੱਕਤ ਪੈਦਾ, ਧਿਆਨ ਕਰ ਰੱਖ ਲਾ ਮਾੜਾ ਚੱਕ। ਦਵਾਈ ਤਾਂ ਨਹੀਂ ਪਤਾ ਕਿੰਨੀ ਕੁ ਨਿਕਲ ਗਈ, ਕਿੰਨੀ ਕਰੇਗੀ, ਕਿੰਨੀ ਉੱਪਰ ਨਾ ਨਾ ਭਰਿਆ ਵਾ ਤਾਂ ਪੰਪ ਮੈਂ। ਅੱਛਾ ਫਿਰ ਜੇ ਭਰਿਆ ਵਾ ਤਾਂ ਫਿਰ ਤਾਂ ਅੱਧ ਵਜੇ ਦੇ ਅੱਧ ਹੀ ਰਹਿ ਗਿਆ ਵਾ ਸਿੱਧਾ। ਤੂੰ ਮੈਂ ਕਹਿੰਦਾ ਵਿੱਚੇ ਲੰਘੀ ਜਾਲੀ ਜੀ, ਜਿਹੜੀ ਸਾਲੀ ਉੱਪਰ ਰੱਖੀ ਵੀ ਦੇ ਜਾਲੀ ਵਿੱਚ ਚਲੇ ਗਈ ਹੋਊਗੀ, ਵਿੱਚ ਚਲੇ ਗਈ ਹੋਣੀ। ਚਲੋ ਜੀ, ਗੱਲ ਇੱਦਾਂ ਜੀ, ਅਸੀਂ ਲੱਗੇ ਤੇ ਜੀ ਸਪਰੇਅ ਕਰਨ, ਹੁਣ ਗੱਲ ਰੌਲਾ ਵਿੱਚੇ ਹੋਰ ਹੀ ਪੰਗਾ ਜਿਹਾ ਪੈ ਗਿਆ ਤਾਂ ਹੈਲ ਇੱਕ ਉੱਧਰ ਹੈਗਾ। ਅੱਛਾ ਉਹ ਪਿਆ, ਠੀਕ ਆ। ਆਹ ਢੱਕਣ ਕਾਹਦਾ ਪਿਆ ਜਿਹੜਾ, ਉਹ ਕੰਮ ਪਿਆ ਹੈ ਕਿਸੇ ਦਵਾਈ ਦੁਈ ਦਾ? ਅੱਛਾ ਪਹਿਲਾਂ ਦਵਾਈ ਦੁਈ ਵਾਲਾ ਕੋਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਤਾਂ ਖਰਾਬਤੀ ਤਾਂ ਹੁਣ ਸਤਿ ਸ਼੍ਰੀ ਅਕਾਲ ਹੋਊਗੀ, ਚੱਲ ਅੱਧਾ ਡੁੱਲ ਗਿਆ ਕੰਮ ਸਾਲਾ, ਕੋਈ ਗੱਲ ਨਹੀਂ ਜਿਹੜਾ ਡੁੱਲ। ਗੱਲ ਹੈਗੀ ਏਦਾਂ ਜੀ, ਜਿਹੜੀ ਪਹਿਲਾਂ ਸਪਰੇਅ ਕਰੀ ਤੀ ਜੀ, ਉਹ ਸਲੀ ਰੇਹ ਭਾਂਗ ਲੱਗੀ ਕੱਖ ਨੂੰ, ਪਿੱਛੇ ਆਪਾਂ ਨੇ ਜਦ ਵੀਡੀਓ ਬਣਾਈ ਤੇ ਆਪਾਂ ਦਿਖਾਇਆ ਤਾਂ ਹੁਣ ਇਹਦੇ ਉੱਪਰ ਟੌਪਿਕ ਦੇ ਉੱਪਰ ਨੂੰ, ਹੁਣ ਭਾਈ ਬਾਹਰ ਵਾਲਿਆਂ ਦੀ ਰਹਿ ਗਈ, ਫਲਾਣਾ ਰਹਿ ਗਿਆ, ਟਿਮਕਾ ਰਹਿ ਗਿਆ, ਹੁਣ ਕਿਆ ਕਰਦੇ? ਹੁਣ ਉਹਨੇ ਕਿਆ ਕਿਹਾ ਵਿੱਚ, ਕਿਆ 240 ਪਾਉਣਾ ਕਹਿੰਦਾ? ਹਾਂ 240 ਪਾ ਦੇ ਕਹਿੰਦਾ, ਮੈਂ ਪਹਿਲੀ ਇਹ ਦੇਣੀ ਸੀ। ਪਹਿਲਾਂ ਕਾਹਨੂੰ ਹੋਰ ਦਿੱਤੀ ਸੀ? ਉਹ ਵੀ ਦੇਖਦੇ ਹਾਂ ਕਿਤੇ ਕਿਤੇ ਚੱਲੀ ਜਾਂਦਾ। ਹੁਣ ਆਪਾਂ ਗੱਲ ਆ, ਗਲਤੀ ਤਾਂ ਆਪਣੀ ਹੈ ਨਾ, ਆਪਾਂ ਨੂੰ ਸਭ ਕੁਝ ਪਤਾ ਪਿਛਲੀ ਵਾਰ ਕਿਹੜੀ ਕਿਹੜੀ ਚੀਜ਼ ਨੇ ਮਾਰਿਆ, ਆਪਾਂ ਉਹ ਨਹੀਂ ਮੰਗਦੇ, ਆਪਾਂ ਜਾ ਕੇ ਉਹਨਾਂ ਨੂੰ ਕਹਿਣ ਲੱਗ ਜਾਂਦੇ ਹਾਂ ਵੀ ਆਹ ਚੀਜ਼ ਦੇ ਦਿਓ। ਇੱਕ ਪੁੜੀ ਸੱਟਦੇ ਯਾਰ ਉੱਧਰ, ਤਾਂ ਹੁਣ ਪਤਾ ਨਹੀਂ ਕਿਆ ਹੋਣਾ, ਦਵਾਈ ਕਿੰਨੀ ਨਿਕਲ ਗਈ ਕਿੰਨੀ। ਹੁਣ ਤੂੰ ਫਿਰ ਤੂੰ ਪਹਿਲਾਂ ਅੱਧੇ ਨੂੰ ਤਾਂ ਲਾਏ ਆਉਣਾ, ਤਾਂ ਗਲਤੀ ਕਰੀ। ਦੇਖੀ ਜਾਓ ਰੱਬ ਰਾਖਾ ਲਾ ਜੀ, ਬੱਲੇ ਬੱਲੇ ਜਾਂ ਬਾਬੂ ਰੇਲ 'ਚ ਜਾ ਜੇਲ੍ਹ 'ਚ। ਜੇ ਰੇਲ ਜੇਲ੍ਹ ਤਾਂ ਜਿਹੜੀ ਹੋਣੀ ਉਹ ਹੋਣੀ ਹੈ, ਪਹਿਲਾਂ ਅੱਧਾ ਹੀ ਲਾਇਆ ਹੋਣਾ, ਤਾਂ ਗਲਤੀ ਕਰੀ। ਇੱਧਰ ਨਾਲ ਕਿਸੇ ਗੁਣੀਆਂ 'ਚ ਨਹੀਂ ਲਾਉਣਾ ਕੰਮ। ਹਾਂ ਦੋ ਦੋਹਾਂ ਖੱਤੀ 'ਚ ਤਾਂ ਪਾਉਣਾ ਹੈਗਾ, ਪੂਰਾ ਦੋ ਪੰਪ ਲੱਗਣੇ ਇੱਥੇ ਉਰੇ ਇਹਦੇ ਵਿੱਚ। ਹਾਂ ਨਹੀਂ ਯਾਰ, ਹੁਣ ਇਹਨੇ ਘੁਲਣਾ ਨਹੀਂ, ਸੌਰੀ ਜੀ, ਉੱਪਰੇ ਰਹਿ ਗਈ। ਬਿੱਗਾ ਵੀ ਨਹੀਂ ਹੈਗਾ ਪੂਰਾ, ਇਹ ਬਿੱਗੇ ਵਿੱਚ ਜੇ ਦੋ ਲਾਤੀਆਂ ਤਾਂ ਦੋ ਪੰਪ ਕੇ ਪੰਪ ਪੂਰੇ ਲੱਗੇ ਪਹਿਲਾਂ ਜਿੱਦਣ ਮੈਂ ਲਾਇਆ। ਫੇਰ ਤਾਂ ਬੱਲੇ 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 ਇਹਦੇ ਵਿੱਚ ਇੰਨੀ ਕਿਹਦੇ ਵਿੱਚ? ਹਾਂ ਦੋ ਪੰਪ 'ਚ ਕਿੰਨੀਆਂ ਪੁੜੀਆਂ ਪਾਈਆਂ ਫਿਰ ਤਾਂ? ਚਾਰ। ਬਸ ਸਰ ਗਿਆ ਤੇਰਾ, ਫਿਰ ਵੀ ਨਹੀਂ ਕੁਛ ਕਰਿਆ ਹੈ, ਜਦ ਕਿ ਦੋ ਪੈਣੀਆਂ ਚਾਹੀਦੀਆਂ ਨੇ, ਕਦੇ ਦੋ 10 ਪੁੜੀਆਂ ਹੁੰਦੀਆਂ, ਅੱਠ ਹੁੰਦੀਆਂ ਹੁੰਦੀਆਂ, ਫਿਰ ਲੈ ਕਰ ਲਓ ਇਹਦਾ ਮਤਲਬ ਅੱਧੇ ਕਿੱਲੇ ਦੀ ਦਵਾਈ ਇੱਥੇ ਵਰਤ ਗਿਆ ਤਾਂ ਹੈ। ਤਾਂ ਧੁੱਪ ਵੀ ਬਥੇਰੀ ਹੈ ਯਾਰ, ਧੁੱਪ ਦਾ ਵੀ ਕੋਈ ਚੱਕਰ ਨਹੀਂ ਵੀ, ਧੁੱਪ 'ਚ ਨਹੀਂ ਕਰੀ ਹੈਗੀ ਸਪਰੇ। ਦੂਆ ਕੱਖ ਦਾ ਵੀ ਕੀ ਮੈਨੂੰ ਦਿਖਦਾ ਘੱਟ ਆ ਯਾਰ, ਉੱਧਰਲੇ ਖੂੰਜੇ ਵਿੱਚ ਜ਼ਿਆਦਾ ਹੈ, ਮਾਰ ਕੇ ਆਉਣਾ ਗੇੜਾ ਉੱਧਰ। ਆਹ ਚੌੜੇ ਪੱਤੇ ਨੂੰ ਤਾਂ ਐਂ ਲੱਗਦਾ ਵੀ ਕੁਝ ਹੋਇਆ ਹੀ ਨਹੀਂ ਹੈਗਾ, ਮੁੜ ਕੇ ਉਲਟਾ ਤਕੜਾ ਹੋ ਗਿਆ, ਤਾਂ ਹੀ ਪਾਪਾ ਜੀ ਸੱਚੇ ਤੇ। ਬਾਕੀ ਭਾਈ ਇਹ ਮੀਂਹ ਨੇ ਸਾਡਾ ਰਿੱਦਾ ਔਖਾ ਹੀ ਕਰ ਲਿਆ, ਦੱਬ ਲਿਆ ਸਾਰਾ ਕੁਛ। ਇਹ ਫਿਰ ਸਾਡਾ ਐਂ ਚੱਕਰ ਸੀ ਇੱਕ ਥੋੜ੍ਹਾ ਚੱਕਰ, ਇੱਧਰਲੇ ਪਾਸੇ ਤੂੜੀ ਪਰਾਲੀ ਚੱਕ ਹੋਈ ਹੋਈ ਤੀ ਸਾਰੀ, ਉਹ ਸਾਡੇ ਵਾਲੀ ਜਿਹੜੀ ਪਰਾਲੀ ਹੈ ਨਾ, ਇਹ ਪਰਾਲੀ ਵੀ ਮਾਰਦੀ ਹੈ, ਪਰਾਲੀ ਫਿਰ ਸੋਕ ਕੇ ਰੱਖਦੀ ਹੈ ਵਿੱਚ, ਨਵੀਂ ਨੂੰ ਸੁੱਕਣ ਨਹੀਂ ਦਿੱਤਾ, ਪਰ ਖਾਸੇ ਦਿਨ ਪਾਣੀ ਖੜ੍ਹਾ ਰਿਹਾ ਇੱਥੇ। ਚਲੋ ਜੋ ਭਾਵੇਂ ਕਰਤਾਰ ਸਾਹੀ ਗੱਲ ਚੰਗੀ, ਨਹੀਂ ਤਾਂ ਫਿਰ ਇੱਕ ਮੈਸ ਲਿਆ ਕੇ ਹੋਰ ਬੰਨ ਦੇਣੀ ਹੈ, ਚੱਲੂ ਫਿਰ ਡਾਇਰੈਕਟ ਇਹੀ ਕਣਕੇ ਬਣਾਉਂਦੇ ਹਾਂ ਕੋਈ ਪਲਾਨ। ਨਹੀਂ ਕੱਖ ਤਾਂ ਯਾਰ ਮੁੜਿਆ ਹੋਇਆ ਹੈ, ਥੋੜ੍ਹਾ ਥੋੜ੍ਹਾ ਮੁੜਿਆ ਹੋਇਆ, ਪਰ ਉਹਨਾਂ ਨਹੀਂ ਮੁੜਿਆ ਜਿੰਨਾ ਮੁੰਨਾ ਚਾਹੀਦਾ ਸੀਗਾ। ਚਲੋ ਮੈਂ ਵੱਡਾ ਜੀ ਹੁਣ ਜਾ ਕੇ ਬਰਸੀਨ, ਇਹ ਕਰੂਗਾ ਸਪਰੇ, ਚੱਕਰ ਇਹ ਦੇਣੀ ਹੋਣੀ ਵੀ, ਦੇਖੀ ਚਲੋ ਕਿਆ ਬਣਦਾ। ਉਹ ਉੱਧਰ ਜੇ ਸੀ ਬੀ ਵੀ ਆਈ ਵੀ ਆ ਉਹਨਾਂ ਦੇ ਯਾਰ, ਜੇ ਸੀ ਬੀ ਨੇ ਮੇਰੇ ਐਂ ਸਲਾਹ ਵੀ ਜਿਹੜਾ ਉੱਥੇ ਆਪਣਾ ਘਰ ਦੇ ਕੋਲ ਜਿੱਥੇ ਲੋਹੜੀ ਦਾ ਪ੍ਰੋਗਰਾਮ ਕਰਾਉਣਾ ਆਪਾਂ ਨੇ, ਉੱਥੇ ਜਿਹੜਾ ਖੂੰਜੇ ਵਿੱਚ ਢੇਰ ਨਹੀਂ ਹੈਗਾ, ਮਹਾਂ ਉਹਨੂੰ ਚੱਕੇ ਦਿੰਦੇ ਆਪਣੇ ਕੋਲ, ਟਰਾਲਾ ਨਹੀਂ ਹੈਗਾ ਯਾਰ, ਜੈਕ ਵਾਲਾ ਯਾਰ, ਕਿਆ ਕਰੀਏ ਫਿਰ।
अच्छा ओ धीरे को है ना पर वैसे भी उन्हू कह आओ चल काम निबड़ता चाहिए पहले तो मैं उन्होंने पूछा जाके पहला मैं कणक कख वढ़ लवा कख वढ़ के देखते हैं फिर है ना और मैं उन्होंने फोन करके पुछदा भी माड़े जे कबाई न कहीं भी चक दूंगा दो दो या तीन ट्राले होने ना वो फिर तो पहला हाँ ले लवा तो धीरे को कहने का फायदा चल ठीक है फिर तू कर ला सफरे हौली हौली करके मैं बढ़ता कख जा तेन दो सप्प बच्चे पै गए लोहड़ी की तैयारी लग गई जी कर सफाई का काम चल रहा और रोड़े जे गिरते मगर वो लगा पा सैट करना तो टायर दबा लेना ट्रैक्टर का ट्राले का ढेर जहा लग्या हुआ जी यदि हुण सफाई का काम शुरू हो गया क्यों फिर आने वाले दिन जो लोहड़ी वाला फंक्शन है वो करना भी है सफाई भी जरूरी सी एक ट्राली तो गई भर के एक होर हो जूगी सप्प निकलिया जी दो बच्चे दे दे वो ट्राले जे भर के भेजते बेचारे हुण नाले मुड़े आया जी खतरनाक है बिलकुल डंडे सटा नु इधर घर नहीं भेजना होर ना निकल आवे वो खड़ जाए यार ना ना जून दा ही आ बहुत तीरे नेड़े नहीं तो लगन देना जो गर्मी होंगी ठंड करके सुन जा मैं क्या तेने ट्राले उजना के मूहे पाइए ही नहीं माल उन्हें कहना सुनता उत्ते बाबा की तो इतने लोटर वाले इनू बछा दी इन किकड़ा फल नहीं आना सी ओदा फट गया ट्राले थले हाँ
टायर थले बढ़ता ना ट्रैक्टर क्या करिए अगे नोरी ट्रैक्टर मुड़ गया पिछे मुड़ गया ठंड के कुत्ते हो फिर गया मुड़ गया तेरे टायर के मूहे ना अभी पंगा है ना है छोटा ही न्याण यह मैं ट्राले च गेर ला यार टोबे च सट दे हैलो वो पाप नहीं करी दा हो रहे पास इलाका गेर नमा लो।